ਇਹ ਸਾਡੇ ਇੰਸਟ੍ਰਕਟਰ ਮੈਮ ਆ ਗਏ ਤੇ ਅੱਜ ਸਾਡੀਆਂ ਸਮੁੰਦਰ ਦੇ ਥੱਲੇ ਜਾਣ ਦੀਆਂ ਹੋ ਰਹੀਆਂ ਨੇ ਤਿਆਰੀਆਂ ਹੁਣ ਆਪਾਂ ਇੱਥੇ ਟ੍ਰੇਨਿੰਗ ਸ਼ੁਰੂ ਕਰਨੀ ਹੈਗੀ ਮਤਲਬ ਸਿਲੰਡਰ ਆ ਗਏ ਸਾਡੇ ਸਮੁੰਦਰ ਦੇ ਥੱਲੇ ਜਾਣ ਦੇ ਲਈ ਤੇ ਆਕਸੀਜਨ ਇਹ ਤੋਂ ਸਾਨੂੰ ਮਿਲੂਗੀ ਇਹਨਾਂ ਸਿਲੰਡਰਾਂ ਤੋਂ ਤੇ ਫੌਜਾਂ ਤਿਆਰ ਪਰ ਤਿਆਰ ਨੇ ਹੁਣ ਤੇ ਖੁਸ਼ੀ ਦਾ ਗੇਨ ਟੈਸਟ ਹੋ ਰਿਹਾ ਇਹਦਾ ਪਤਾ ਕੀ ਪ੍ਰੋਬਲਮ ਹੈ ਬਾਹਰ ਆ ਜਾਂਦੀ ਹੈ ਜਲਦੀ ਤੇ ਮੰਨ ਲਓ ਜੇ ਤੁਹਾਡੇ ਚੋਂ ਵੀ ਕੋਈ ਜਾਊਗਾ ਨਾ ਘਬਰਾਉਣਾ ਨਹੀਂ ਹੈਗਾ ਬਿਲਕੁਲ ਵੀ ਬਣਾ ਜਿੰਨਾ ਕਿ ਤੁਹਾਨੂੰ ਦੇਖਣ ਚ ਈਜ਼ੀ ਲੱਗ ਰਿਹਾ ਵੈਸੇ ਥੋੜਾ ਜਿਹਾ ਹਾਰਡ ਹੁੰਦਾ ਹੈਗਾ ਕਿਉਂਕਿ ਸਾਹ ਲੈਣਾ ਪਾਣੀ ਕਿਵੇਂ ਬਾਹਰ ਕੱਢਣਾ ਬਾਕੀ ਜਦੋਂ ਇਹਦੇ ਸਮੁੰਦਰ ਦੇ ਥੱਲੇ ਜਾਂਦੇ ਨਾ ਪ੍ਰੈਸ਼ਰ ਵੱਧਦਾ ਹੈਗਾ ਬਾਡੀ ਦੇ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਅੰਡੇਮਾਨ ਨਿਕੋਬਾਰ ਤੋਂ ਤੇ ਕਦੇ ਐਂ ਦੇਖਿਆ ਵੀ ਧੁੱਪ ਚ ਮੀਂਹ ਪੈਂਦਾ ਹੋਵੇ ਇੱਥੇ ਪਰ ਅਕਸਰ ਇਹ ਚੱਲਦਾ ਰਹਿੰਦਾ ਸਾਨੂੰ ਹੁਣ ਇਹ ਦੇਖਣ ਦੀ ਆਦਤ ਹੋ ਗਈ ਤੇ ਸਵੇਰ ਦੇ ਵੱਜੇ ਹੋਏ ਆ 7:44 8:15 ਤੇ ਆਪਾਂ ਚੱਲੇ ਹਾਂ ਅੱਜ ਸਕੂਬਾ ਡਾਈਵਿੰਗ ਕਰਨ ਸੂਰਜ ਦੇਖ ਕੇ ਨਾ ਕਈ ਵਾਰੀ ਇੱਥੇ ਦੁਪਹਿਰ ਦਾ ਭੁਲੇਖਾ ਪੈ ਜਾਂਦਾ ਪਰ ਇਹ ਦੁਪਹਿਰ ਨਹੀਂ ਸੱਚੀ ਸਵੇਰ ਦੇ 8 ਵਜੇ ਆ ਤੇ ਅਸੀਂ ਆਪਣਾ ਹੋਟਲ ਲੈਮਨ ਗ੍ਰਾਸ ਰਿਜ਼ੋਰਟ ਤੇ ਇੱਥੇ ਆਪਣੀ ਸਕੂਟੀ ਖੜੀ ਹੈ ਆਪਾਂ ਸਕੂਟੀ ਰੈਂਟ 'ਤੇ ਲਈ ਹੋਈ ਆ ਪਿਛਲੇ ਵਲੌਗ 'ਚ ਤੁਸੀਂ ਮੈਂ ਸਾਰਾ ਦਿਖਾਇਆ ਸੀ ਕਿਵੇਂ ਸਾਰਾ ਕੁਛ ਮਿਲਦਾ ਇਹ ਤੇ ਹੁਣ ਅੱਜ ਸਕੂਬਾ ਡਾਈਵਿੰਗ ਦਾ ਆਪਣੀ ਟ੍ਰੇਨਿੰਗ ਹੈ ਤੇ ਹੋਪ ਸੋ ਆਪਾਂ ਨੂੰ ਕੱਲ੍ਹ ਨੂੰ ਸਮੁੰਦਰ ਦੇ ਉਹ ਥੱਲੇ ਲੈ ਕੇ ਜਾਣਗੇ ਟ੍ਰੇਨਿੰਗ ਕਿਵੇਂ ਹੁੰਦੀ ਹੈ ਕੀ ਕੁਛ ਹੁੰਦਾ ਉਹਦੇ ਵਿੱਚ ਅਤੇ ਸਾਰਾ ਕੁਛ ਫਿਰ ਤੁਸੀਂ ਅੱਜ ਦੇਖੋਗੇ ਸ਼ੈਂਪੀ ਅਤੇ ਸ਼ੈਂਪੀ ਦੀ ਧਰਾਲੀ ਦੀ ਦੱਦੀ ਹੁਣ ਅੰਡੇਮਾਨ ਨਿਕੋਬਾਰ ਘੁੰਮਦੀ ਘੁੰਮਦੀ ਇਹ ਪਹੁੰਚ ਗਏ ਅਸੀਂ ਸਾਊਥ ਕਾਰਨਰ ਡੋਸਾ ਇਹਨਾਂ ਦੇ ਅਸੀਂ ਕੱਲ੍ਹ ਵੀ ਆਏ ਸੀਗੇ ਬਹੁਤ ਸਵਾਦ ਡੋਸਾ ਬਣਾਉਂਦੇ ਇਹ ਸਾਊਥ ਇੰਡੀਅਨ ਡਿਸ਼ ਇੱਥੇ ਇਹੀ ਮਿਲਦੀ ਹੈ ਅਤੇ ਹੈਦਰਾਬਾਦੀ ਬਿਰਿਆਨੀ ਵੀ ਮਿਲਦੀ ਹੈ ਅਤੇ ਅਸੀਂ ਡੋਸਾ ਔਡਰ ਕਰਨਾ ਖੁਸ਼ੀ ਡੋਸਾ ਹੀ ਔਡਰ ਕਰ ਦਿਓ ਠੀਕ ਹੈ ਕੱਲ੍ਹ ਵੀ ਖਾਧਾ ਸੀਗਾ ਅਤੇ ਇਹੀ ਮੈਨੂੰ ਲੱਗਦਾ ਸਵਾਦ ਸੀਗਾ ਉਹੀ ਰਿਪੀਟ ਕਰਾਂਗੇ ਜਦੋਂ ਵੀ ਮੈਂ ਸਾਊਥ ਇੰਡੀਆ ਜਾਂਦਾ ਨਾ ਤਾਂ ਸਭ ਤੋਂ ਜਿਹੜੇ ਮੈਨੂੰ ਸਵਾਦ ਲੱਗਦਾ ਉਹ ਲੱਗਦੀ ਹੈ ਕੋਕੋਨਟ ਦੀ ਚਟਨੀ ਅਤੇ ਇਹ ਹੁੰਦਾ ਨਾਲ ਸਾਂਬਰ ਅਤੇ ਇੱਕ ਹੋਰ ਚਟਨੀ ਆ ਤਾਂ ਡੋਸਾ ਤੁਹਾਨੂੰ ਪਤਾ ਹੀ ਹੈ ਡੋਸਾ ਅਤੇ ਨਾਲ ਸਾਹਮਣੇ ਡੁੱਗੂ ਦੋਨੇ ਸਾਊਥ ਇੰਡੀਆ ਤੋਂ ਨੇ ਅਤੇ ਇਹ ਸਾਨੂੰ ਇੱਥੇ ਮਿਲਣ ਆ ਗਏ ਇੱਥੇ ਹੁਣ ਅਸੀਂ ਬ੍ਰੇਕਫਾਸਟ ਕਰਕੇ ਅਭੀ ਪਹਿਲੇ ਟ੍ਰੇਨਿੰਗ ਕੇ ਲਈ ਨਿਕਲਣਾ ਹੈ ਰਾਈਟ ਖਾਣ ਪੀਣ ਦਾ ਨਾ ਮੈਂ ਹੁਣ ਤਾਂ ਦਿਖਾਉਣ ਲੱਗਿਆ ਜ਼ਿਆਦਾ ਕਿਉਂਕਿ ਬਹੁਤ ਸਾਰਿਆਂ ਦੇ ਮੈਸੇਜ ਆਉਂਦੇ ਹੁੰਦੇ ਆ ਵੀ ਜਿਹੜੇ ਇੱਥੋਂ ਦੇ ਖਾਣੇ ਪੀਣੇ ਉਹ ਵੀ ਤੁਸੀਂ ਜ਼ਰੂਰ ਦਿਖਾਇਆ ਕਰੋ ਕਿ ਸਾਨੂੰ ਚੰਗਾ ਪਤਾ ਲੱਗੇ ਸਾਨੂੰ ਵੀ ਕੀ ਇੱਥੇ ਖਾਣ ਪੀਣਾ ਅਤੇ ਹੁਣ ਡੁੱਗੂ ਜੀ ਜਾ ਰਹੇ ਨੇ ਡਾਈਵਿੰਗ ਦੇ ਲਈ ਮਤਲਬ ਕਿਤੇ ਹੋਰ ਜਾ ਰਹੇ ਨੇ ਅਸੀਂ ਜਾ ਰਹੇ ਇਹਨਾਂ ਦੇ ਆਫਿਸ ਜਿਹੜੀ ਅਸੀਂ ਆ 2-wheeler ਐਕਟਿਵਾ ਲਈ ਹੋਈ ਹੈ ਨਾ ਇੱਥੋਂ ਲਈ ਸੀਗੀ ਇਹਨਾਂ ਦਾ ਅੰਸ਼ 2-wheeler ਕਰਕੇ ਨੇਮ ਅਤੇ ਇਹਨਾਂ ਦਾ ਇੱਥੇ ਕੰਟੈਕਟ ਨੰਬਰ ਵਗੈਰਾ ਵੀ ਹੋਊ ਕਿਉਂਕਿ ਇਹ ਇੱਥੇ ਵੈਸੇ ਅਸੀਂ ਇੱਥੇ ਆਫਿਸ ਹੈ ਸਾਡਾ ਇਹਨਾਂ ਦਾ ਇੱਥੇ ਲਿਖਿਆ ਨਹੀਂ ਹੋਇਆ ਬਾਹਰ ਅਤੇ ਜਿੱਥੇ ਅਸੀਂ ਅੱਜ ਸਕੂਬਾ ਡਾਈਵਿੰਗ ਕਰਨੀ ਹੈ ਇਹਨਾਂ ਦੇ ਨਾਲ ਹੀ ਆ ਤੁਸੀਂ ਇਹਨਾਂ ਦਾ ਕੰਟੈਕਟ ਨੰਬਰ ਮੈਂ ਸ਼ੇਅਰ ਕਰ ਦਿੰਦਾ ਇਹਦੇ ਕੋਲੋਂ ਹੀ ਜਾਂ ਆਫਿਸ ਦੇ ਕੋਲੋਂ ਤੁਸੀਂ ਆ ਕੇ ਲੈ ਲਿਓ ਜਦੋਂ ਸਾਡਾ ਅੱਜ ਦਾ ਕੁਛ ਐਵੇਂ ਦਾ ਡਰੈਸ ਆਪਾਂ ਖੁਸ਼ੀ ਇੱਧਰ ਦੇਖਿਓ ਖੁਸ਼ ਤਾਂ ਹੈਲਮਟ ਪਾ ਕੇ ਆਈ ਹੈ ਵੀ ਮੱਛੀ ਮੁੱਛੀ ਸਿਰ 'ਚ ਨਾ ਵਜੇ ਕੋਈ ਅਤੇ ਆਪਾਂ ਮਿਲਣਾ ਇੱਥੇ ਸਰ ਨੂੰ ਹੈਲੋ ਸਰ ਵਿਕਾਸ ਸਰ ਗੁੱਡ ਮੋਰਨਿੰਗ ਕੈਸੇ ਹੋ ਜੀ ਠੀਕ ਹੋ ਹਾਂਜੀ ਠੀਕ ਹਾਂਜੀ ਥੈਂਕ ਯੂ ਲੈ ਵੀ ਪਹਿਲਾਂ ਹੈਲੋ ਜੀ ਕੈਸੇ ਹੋ ਪਹਿਲਾਂ ਇੱਥੇ ਆਫਿਸ ਪਹੁੰਚ ਗਏ ਇੱਥੇ ਬੈਠਣਾ ਫੋਰਮ ਫੁਰਮ ਭਰਾਉਣਾ ਇਹਨਾਂ ਨੇ ਕੋਈ ਅਤੇ ਆਪਾਂ ਦੇਖਦੇ ਹਾਂ ਹੈਲੋ ਅਨੀਤਾ ਆਪ ਓਕੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪ੍ਰਾਈਜ਼ ਸ਼ੋਅ ਕਰਨਾ ਇਹਦੇ ਜਿਹੜੇ ਆ ਸਕੂਬਾ ਡਾਈਵਿੰਗ ਦੇ ਟ੍ਰਾਈ ਡਾਈਵ 5500 30 ਮਿੰਟ ਦੀ ਅਤੇ ਪ੍ਰੀਮੀਅਮ 6500 ਦੀ ਹੈ ਅਤੇ 1 7500 ਦੀ ਹੈ 45 ਮਿੰਟ ਠੀਕ ਹੈ ਬੇਸਿਕ ਇਨਕਲੂਡਿਡ ਇਹ ਗੋਪਰੋ ਦੀਆਂ ਨਾਲ ਵੀਡੀਓ ਵੀ ਬਣਾ ਕੇ ਦੇਣਗੇ ਇਹ ਆਪਾਂ ਨੂੰ ਅਤੇ ਇਹ ਐਵੇਂ ਦਾ ਪ੍ਰਾਈਜ਼ ਹੈ ਆਹ ਕੁਐਰੀਜ਼ ਲਈ ਇਹਨਾਂ ਨੇ ਨੰਬਰ ਵੀ ਦਿੱਤਾ ਹੋਇਆ ਇਸ ਨੰਬਰ 'ਤੇ ਕੰਟੈਕਟ ਕਰ ਲਿਓ ਜੇ ਐਡਵਾਂਸ 'ਚ ਤੁਸੀਂ ਬੁਕਿੰਗ ਵਗੈਰਾ ਕੁਛ ਆਪਣੀ ਕਰਵਾਉਣੀ ਹੈਗੀ ਗੁੱਡ ਮੋਰਨਿੰਗ ਮਾਈਸੈਲਫ ਅਨੀਤਾ ਆਈ ਐਮ ਅ ਡਾਈਵਿੰਗ ਇੰਸਟ੍ਰਕਟਰ ਸੋ ਯੂ ਆਰ ਗੋਇੰਗ ਫਾਰ ਅ ਬੋਟ ਡਾਈਵ ਐਂਡ ਆਈ ਵਾਂਟ ਯੂ ਗਾਇਸ ਟੂ ਫਿਲ ਦਿਸ ਫਾਰਮ ਇਹ ਫਾਰਮ ਆ ਗਿਆ ਜੀ ਅਤੇ ਇਹਦੇ 'ਚ ਇਹ ਭਰਾਉਣਗੇ ਵੀ ਆਪਦੀ ਜਾਨ ਦੇ ਜ਼ਿੰਮੇਵਾਰ ਤੁਸੀਂ ਆਪ ਹੋ ਅੱਗੇ ਤੁਸੀਂ ਖੁਦ ਜਾ ਰਹੇ ਹੋ ਆਪਣੀ ਮਰਜ਼ੀ ਦੇ ਨਾਲ ਆਪਕਾ ਨਾਮ ਆਏਗਾ ਔਰ ਕਹਾਂ ਰਹਿਤਾ ਹੈ ਔਰ ਆਪਕਾ ਮੇਨਲੈਂਡ ਕਾ ਐਡਰੈਸ ਔਰ ਕੰਟਰੀ ਈਮੇਲ ਆਪਕਾ ਪੂਰਾ ਡਿਟੇਲਸ ਆਏਗਾ ਇਹ ਅੱਛੇ ਸੇ ਪੜ੍ਹ ਲੀਜੀਏ ਅਗਰ ਕਿਸੇ ਕੋ ਮੈਡੀਕਲ ਪ੍ਰੋਬਲਮ ਹੈ ਉਹ ਨਹੀਂ ਕਰ ਸਕਦਾ ਮੈਡੀਕਲ ਪ੍ਰੋਬਲਮ ਨਹੀਂ ਕਰ ਸਕਦੇ ਕੋਈ ਵੀ ਐਕਚੁਅਲੀ ਰੋਜ਼ ਮੈਡੀਕੇਸ਼ਨ ਮੇ ਨਹੀਂ ਕਰ ਸਕਦਾ ਠੀਕ ਹੈ ਔਰ ਨੇਮ ਸਿਗਨੇਚਰ ਐਂਡ ਡੇਟ ਓਕੇ ਇਹ ਲਓ ਜੀ ਹੁਣ ਸਾਡੀ ਜਿੰਦ ਤੁਹਾਡੇ ਹਵਾਲੇ ਆ ਸੇਫ ਐਂਡ ਸਿਕਿਉਰ ਹਮਕੋ ਨੀਚੇ ਵੀ ਜਾਣਾ ਹੈ ਜ਼ਿਆਦਾ ਨੀਚੇ ਵੀ ਦੇਖਣਾ ਹੈ ਔਰ ਸੇਫ ਐਂਡ ਸਿਕਿਉਰ ਵੀ ਓਕੇ ਸਕੂਬਾ ਡਾਈਵਿੰਗ ਦੀਆਂ ਨਾ ਪ੍ਰੋਪਰ ਕਲਾਸਿਸ ਵੀ ਹੁੰਦੀਆਂ ਅਤੇ ਪ੍ਰੋਪਰ ਕੋਰਸ ਹੁੰਦਾ ਇਹਦਾ ਇੱਕ ਪੜ੍ਹਾਈ ਹੈ ਇਹ ਪ੍ਰੈਕਟੀਕਲ ਹੈ ਥਿਊਰੀ ਹੈ ਅਤੇ ਨਾਲ ਹੋਰ ਕੀ ਕਹਿੰਦੇ ਨੇ ਐਗਜ਼ਾਮ ਵੀ ਹੁੰਦਾ ਅਤੇ ਜਿਹੜੇ ਸਾਡੇ ਗਾਈਡ ਹੈ ਮੈਡਮ ਉਹਦੇ ਕੋਲ 42 ਮੀਟਰ ਤੱਕ ਦਾ
ਸਰਟੀਫਿਕੇਟ ਹੈ 42 ਮੀਟਰ ਤੱਕ ਉਹ ਮਤਲਬ 100 ਫੁੱਟ ਤੋਂ ਉੱਪਰ ਉਹ ਥੱਲੇ ਜਾ ਸਕਦੀ ਹੈ ਅਸੀਂ ਜਾ ਸਕਦੇ ਹਾਂ 12 ਮੀਟਰ ਅਸੀਂ ਜਾ ਸਕਦੇ ਹਾਂ 20 ਮੀਟਰ ਵੱਧ ਤੋਂ ਵੱਧ ਹਾਂ 20 ਮੀਟਰ ਆਪਾਂ ਜਾ ਸਕਦੇ ਹਾਂ ਬਿਗਨਰ ਬੰਦੇ ਆ ਜਿਹੜੇ ਉਹ ਜਾ ਸਕਦੇ ਤੇ ਹੁਣ ਆਪਾਂ ਤਿਆਰ ਹਾਂ ਇੱਥੋਂ ਆਫਿਸ ਤੋਂ ਨਿਕਲਣ ਦੇ ਲਈ ਕੱਪੜੇ ਆਪਾਂ ਚੇਂਜ ਕਰ ਲਏ ਮੈਂ ਕੁਛ ਇਹੋ ਜਿਹਾ ਲੱਗ ਰਿਹਾ ਤੇ ਖੁਸ਼ੀ ਆ ਜਾ ਮੈਨੂੰ ਤਾਂ ਸੰਗ ਹੀ ਲੱਗਦਾ ਖੁਸ਼ੀ ਵਾਲੇ ਕੱਪੜੇ ਵਧੀਆ ਨੇ ਹਜੇ ਮੇਰੇ ਵਾਲੇ ਥੋੜੇ ਜਿਹਾ ਮੈਨੂੰ ਐਕਸਲ ਖੁੱਲਾ ਸਾਈਜ਼ ਪਵਾਤਾ ਤੇ ਬਾਕੀ ਪੱਗ ਦੀ ਪ੍ਰੋਬਲਮ ਹੋ ਜਾਂਦੀ ਹੈ ਯਾਰ ਮੁੰਡਿਆਂ ਦੇ ਜੇ ਕੋਈ ਪੱਗ ਵਾਲਾ ਬੰਦਾ ਆਉਂਗੇ ਮੈਨੂੰ ਆਪਾਂ ਕੰਨ ਵੀ ਨਹੀਂ ਕਵਰ ਕਰ ਸਕਦਾ ਉਹਨੇ ਕਿਹਾ ਤੇ ਹੁਣ ਜਿਵੇਂ ਮੇਰੇ ਆ ਕੰਨ ਨੰਗੇ ਰਹਿ ਗਏ ਤੇ ਇੱਥੋਂ ਆ ਘੁੱਟ ਕੇ ਮੈਨੂੰ ਗੋਲ ਪਰਨਾ ਬੰਨਣਾ ਪਏਗਾ ਬਾਕੀ ਦੇਖੋ ਮੈਨੂੰ ਐ ਸਮੁੰਦਰ 'ਚ ਜਾ ਕੇ ਕਿਤੇ ਖੁੱਲ ਵੀ ਨਾ ਜਾਵੇ ਪਹਿਲਾਂ ਮੈਂ ਟੋਪੀ ਲੈਂਦਾ ਸੀਗਾ ਤੇ ਜਿਹੜੀ ਸਵਿਮਿੰਗ ਵਾਲੀ ਹੁੰਦੀ ਉਹ ਮੈਂ ਨਾਲ ਲੈ ਕੇ ਆਇਆ ਸੀਗਾ ਤੇ ਇਹ ਕਹਿੰਦੇ ਵੀ ਉਹ ਤੁਸੀਂ ਪਾ ਨਹੀਂ ਸਕਦੇ ਕਿਉਂਕਿ ਥੱਲੇ ਜਾ ਕੇ ਪ੍ਰੈਸ਼ਰ ਇੰਨਾ ਤੁਹਾਡੇ ਤੇ ਵੱਧ ਜਾਣਾ ਗਿਆ ਕਿ ਤੁਹਾਡੀਆਂ ਜਿਹੜੀਆਂ ਸਵਿਮਿੰਗ ਕੈਪ ਕੂਪ ਉਹ ਸਾਰਾ ਕੁਝ ਉੱਡ ਜਾਣਾ ਗਿਆ ਫਿਰ ਇਹ ਮੈਨੂੰ ਪੱਗ ਬੰਨੀ ਹੋ ਜੂਗੀ ਤੇ ਖੁਸ਼ੀ ਦੀ ਗੁੱਤ ਇੱਥੇ ਰਹੂਗੀ ਹੁਣ ਅਸੀਂ ਪਹੁੰਚ ਗਏ ਬਿਲਕੁਲ ਸਮੁੰਦਰ ਦੇ ਕਿਨਾਰੇ ਤੇ ਡੁੱਗੂ ਹైదరాబాద్ ਤੋਂ ਆ ਗਈ ਕੁੜੀ ਹੈ ਜਿਹੜੀ ਉਹ ਜਿਹੜੀ ਤੁਹਾਨੂੰ ਸਵੇਰੇ ਮਿਲਾਈ ਸੀ ਤੇ ਉਹ ਸਾਡੀ ਟ੍ਰੇਨਿੰਗ ਕਰਾਉਣਗੇ ਇੱਥੇ ਤੇ ਇੱਕ ਗੱਲ ਤੁਹਾਨੂੰ ਇੱਥੇ ਹੋਰ ਦੱਸਦਾ ਮੈਡੀਕਲੀ ਯਾਰ ਤੁਸੀਂ ਇੰਨੇ ਪਰਫੈਕਟ ਫਿੱਟ ਚਾਹੀਦੇ ਹੋ ਨਾ ਜੇ ਤੁਹਾਨੂੰ ਥੋੜ੍ਹੀ ਜਿਹੀ ਕੋਈ ਇਨਫੈਕਸ਼ਨ ਕੋਈ ਮਤਲਬ ਇਲਨੈਸ ਨਹੀਂ ਹੋਣੀ ਚਾਹੀਦੀ ਜੋ ਵੀ ਫੀਮੇਲਸ ਪ੍ਰੈਗਨੈਂਟ ਹੈ ਉਹ ਵੀ ਨਹੀਂ ਇਹ ਚੀਜ਼ ਕਰ ਸਕਦੀਆਂ ਤੇ ਜੇ ਤੁਸੀਂ ਓਵਰ 45 ਹੋ ਜਾਂ ਮਾਈਨਰ ਹੋ ਮੀਨਸ 18 ਤੋਂ ਨੀਚੇ ਹੋ ਤਾਂ ਵੀ ਨਹੀਂ ਤੁਸੀਂ ਕਰ ਸਕਦੇ ਜਾਂ ਤੁਹਾਡੀ ਕੋਈ ਸਰਜਰੀ ਹੋਈ ਆ ਫਿਰ ਵੀ ਨਹੀਂ ਤੁਸੀਂ ਹੁਣ ਸਮੁੰਦਰ ਡੂੰਘਾ ਹੋਈ ਜਾਂਦਾ ਜਿਉਂ ਜਿਉਂ ਅਸੀਂ ਅੱਗੇ ਜਾ ਰਹੇ ਹਾਂ ਅਸੀਂ ਅਜੇ ਪਤਾ ਉਹ ਜਗ੍ਹਾ ਤੇ ਜਾਣਾ ਜਿੱਥੇ ਉਹ ਬੰਦੇ ਖੜੇ ਉਹ ਸਾਨੂੰ ਟ੍ਰੇਨਿੰਗ ਦੇਣਗੇ ਲੈ ਵੀ ਇੱਥੇ ਡੱਕ ਲਿਆ ਸਾਨੂੰ ਤਾਂ ਇਹ ਕਹਿੰਦੇ ਇੰਸਟ੍ਰਕਟਰ ਤੋਂ ਬਿਨਾਂ ਤੁਸੀਂ ਅੱਗੇ ਨਹੀਂ ਜਾ ਸਕਦੇ ਇਹ ਸਾਡਾ ਸਮਾਨ ਇੱਥੇ ਸਿੱਟਤਾ ਇਹਨਾਂ ਨੇ ਇਹ ਅਸੀਂ ਸਮਾਨ ਇਹ ਪਹਿਨ ਕੇ ਜਾਣਾ ਹੈ ਕਿ ਇਹ ਪਹਿਨ ਕੇ ਅੱਗੇ ਜਾਣਾ ਹੈ ਇਹ ਤਾਂ ਬਹੁਤ ਹੈਵੀ ਹੈ ਨਾ ਸਿਲੰਡਰ ਕਿਵੇਂ ਉਠਾਏਗੇ ਇਹ ਪਾਣੀ ਤੇ ਜ਼ੀਰੋ ਲੈਸ ਹੋ ਜਾਏਗਾ ਓਕੇ ਅੱਛਾ ਪਾਣੀ ਤੇ ਇਸਕਾ weight ਜ਼ੀਰੋ ਹੋ ਜਾਏਗਾ ਓਕੇ ਠੀਕ ਹੈ ਲੈ ਵੀ ਇਹਨੂੰ ਪਾਉ ਪਹਿਲਾਂ ਪਾਣੀ ਭਾਰਾ ਕਿੱਥੇ ਹੈ ਖੁਸ਼ੀ ਪਾਣੀ 'ਚ ਇਹਦਾ weight ਬਿਲਕੁਲ ਜ਼ੀਰੋ ਹੋ ਜਾਂਦਾ ਇਹਨਾਂ ਨੇ ਜਿਵੇਂ ਦੱਸਿਆ ਸੀਗਾ ਸਿਲੰਡਰ 'ਚ ਦੇਖੋ ਇਹ ਕਿੰਨਾ weight ਹੋਊਗਾ 22 ਕਿਲੋ weight ਹੋਊਗਾ ਵੈਸੇ ਤੇ 22 ਕਿਲੋ ਪਾਣੀ 'ਚ ਐ ਤਰਦਾ ਫਿਰਦਾ ਸਾਡੇ ਅਜੇ ਗਾਈਡ ਮੈਮ ਆ ਰਹੇ ਨੇ ਉਹ ਸਾਨੂੰ ਅੱਗੇ ਲੈ ਕੇ ਜਾਣਗੇ ਉਹਨਾਂ ਤੋਂ ਬਿਨਾਂ ਸੀ ਇੰਚ ਵੀ ਆ ਕਿਸ਼ਤੀ ਤੋਂ ਪਰਾਂ ਨਹੀਂ ਜਾ ਸਕਦੇ ਤੁਹਾਡੇ ਡਰੋਨ ਵਾਲੇ ਲੋ ਜੀ ਸਾਡੇ ਇੰਸਟ੍ਰਕਟਰ ਮੈਮ ਆ ਗਏ ਤੇ ਜਿੰਨਾ ਦੀ ਇਹ ਮੈਮ ਮਿਲ ਗਿਆ ਆਪਣੂੰ ਡੁੱਗੂ ਇੱਥੇ ਇਹ ਮਦਦ ਕਰ ਰਹੇ ਨੇ ਆਪਣੀ ਤੇ ਇਹ ਸਿਲੰਡਰ ਲਾਉਣ ਦੇ ਵਿੱਚ ਇਹ ਸਾਡੇ ਸਿਲੰਡਰ ਪਹੁੰਚ ਗਏ ਇੱਥੇ ਤੇ ਇਹ ਮੈਮ ਤਾਂ ਆਪਣੇ ਨਾਲ ਇਹ ਗਾਈਡ ਮੈਮ ਅਸਲ 'ਚ ਆਪਣੇ ਇਹ ਨੇ ਇਹਨਾਂ ਦੀ ਡਿਊਟੀ ਲੱਗੀ ਹੈਗੀ ਅਨੀਤਾ ਸੁਨੀਤਾ ਮੈਂ ਕਨਫਿਊਜ਼ ਹੋ ਜਾਂਦਾ ਹਾਂ ਮੈਂ ਅਨੀਤਾ ਵੀ ਯਾਦ ਰੱਖੂੰਗਾ ਅਨੀਤਾ ਸਮਾਨਾ ਕੌਣ ਅਨੀਤਾ ਸਮਾਨਾ ਰਾਜ ਬਰਾੜ ਨਾਲ ਦਾ ਸਿੰਗਰ ਅਨੀਤਾ ਸਮਾਨਾ ਇਜ਼ ਅ ਫੇਮਸ ਪੰਜਾਬੀ ਫੀਮੇਲ ਸਿੰਗਰ ਯਾ ਵਿਧੀ ਰਾਜ ਬਰਾੜ ਲਓ ਵੀ ਆ ਕੀ ਕਰਦਾ ਇਹ ਓਏ ਪ੍ਰੈਸ਼ਰ ਲਓ ਜੀ ਸਾਡਾ ਟ੍ਰੇਨਿੰਗ ਸੈਸ਼ਨ ਸ਼ੁਰੂ ਹੋ ਰਿਹਾ ਤੇ ਨਾਲ ਤੁਸੀਂ ਵੀ ਸੁਣ ਲਏ ਹੁਣ ਅਸੀਂ ਇੰਨਾ ਕੁ ਡੀਪ ਆ ਗਏ ਕਿ ਸਾਡੇ ਇੱਥੇ ਤੱਕ ਮਤਲਬ ਚੈਸਟ ਤੱਕ ਸਾਡੇ ਪਾਣੀ ਹੈ ਜਿਹੜਾ ਇੱਥੇ ਤੱਕ ਆ ਗਿਆ ਤੇ ਇਸ ਤੋਂ ਬਾਅਦ 'ਚ ਥੋੜ੍ਹਾ ਜਿਹਾ ਕੰਫਰਟੇਬਲ ਸਾਨੂੰ ਕਰਨਗੇ ਥੋੜ੍ਹਾ ਥੋੜ੍ਹਾ ਔਰ ਅੱਗੇ ਲੈ ਕੇ ਜਾਏਂਗੇ ਡੀਪ ਮੈਂ ਉਸਕੇ ਬਾਅਦ ਫਿਰ ਡਾਈਵਿੰਗ ਹੋਗਾ ਰਾਈਟ ਜੀ ਅਭੀ ਸ਼ੁਰੂ ਮੈਂ ਆਪਕੋ ਵੇਟ ਬੈਲਟ ਪਹਿਨਾ ਪੜੇਗਾ ਕਿਉਂਕਿ ਹਮ ਲੋਗ ਪਾਣੀ ਮੇ ਜਾਨੇ ਕੇ ਲੀਏ ਐਕਸਟਰਾ ਵੇਟ ਡਾਲਨਾ ਪੜੇਗਾ ਹਮਾਰਾ ਹਿਊਮਨ ਬੋਡੀ ਉਹ ਫਲੋਟ ਹੋਤਾ ਹੈ ਅਡੀਸ਼ਨਲ ਵੇਟ ਡਾਲਨੇ ਸੇ ਏਕ ਏਕ ਜਨ ਕਾ ਫਿਜ਼ਿਕ ਮਤਲਬ ਫਿਜ਼ੀਕਲ ਵੇਟ ਉਸੀ ਕਾ ਸਾਥ ਸੇ ਵੇਟ ਐਡ ਕਰੇਗਾ ਠੀਕ ਹੈ ਪਹਿਲੇ ਇਹ ਬੰਨ ਦੇਗਾ ਇਹ ਸਭ ਤੋਂ ਪਹਿਲਾਂ ਵੇਟ ਬੰਨਿਆ ਜਾ ਰਿਹਾ ਸਾਡੀ ਬਾਡੀ ਦੇ ਉੱਪਰ ਕਿਉਂਕਿ ਆਪਾਂ ਸਮੁੰਦਰ 'ਚ ਮਤਲਬ ਥੱਲੇ ਜਾਣਾ ਹੈਗਾ ਤੇ ਜਿਵੇਂ ਇਹਨਾਂ ਨੇ ਦੱਸਿਆ ਤੁਹਾਨੂੰ ਪਹਿਲਾਂ ਜਿਹੜੀ ਹਿਊਮਨ ਬਾਡੀ ਆ ਉਹ ਉੱਪਰ ਹੀ ਰਹਿੰਦੀ ਹੈਗੀ ਪਾਣੀ ਭਾਰਾ ਹੁੰਦਾ ਹੈਗਾ ਇਹ ਸਮੁੰਦਰ ਦਾ ਪਾਣੀ ਤਾਂ ਖਾਸ ਤੌਰ 'ਤੇ ਭਾਰਾ ਹੁੰਦਾ ਹੈਗਾ ਇਸ ਕਰਕੇ ਬੰਦਾ ਥੱਲੇ ਨਹੀਂ ਜਾਂਦਾ ਜੇ ਅਸੀਂ ਆਪਾਂ 30-40 ਫੁੱਟ ਥੱਲੇ ਜਾਣਾ ਤਾਂ ਫਿਰ ਆਪਾਂ ਨੂੰ ਇਹਨਾਂ ਨੇ ਇਹ ਵੇਟ ਕਿੰਨਾ ਹੈ ਅਨੀਤਾ ਮੈਮ ਆਪਕੋ 5 ਕਿਲੋ ਡਾਲਾ ਹੈ ਨਾ ਇਹ 1-1 ਕਿਲੋ ਕਾ ਹੈ 1-1 ਅੱਛਾ ਇਹ 5 ਕਿਲੋ ਡਾਲਾ ਹੈ ਇਨਕੋ ਕਿਤਨਾ ਡਾਲਾ ਹੈ ਨਹੀਂ ਆਪ ਮੈਮ ਕੋ 5 ਕਿਲੋ ਡਾਲਾ ਹੈ ਹਾਂ ਆਪਕੋ 6 ਕਿਲੋ ਡਾਲਨਾ ਅੱਛਾ ਮੇਰੇ ਕੋ ਜ਼ਿਆਦਾ ਡਾਲਨਾ ਪੜੇਗਾ ਬਾਡੀ ਕੇ ਵੇਟ ਕੇ ਹਿਸਾਬ ਸੇ ਹੋਤਾ ਹੈ ਕਿਤਨਾ ਵੇਟ ਹੋਤਾ ਹੈ ਬਾਡੀ ਕਾ ਠੀਕ ਹੈ ਨਾਰਮਲ ਇੱਕ ਕੈਲਕੂਲੇਸ਼ਨ ਮੈਂ ਹਮ ਲੋਗ ਕੋ ਦੇਖਨੇ ਸੇ ਸਮਝ ਨਾ ਤਾ ਆਪ ਖਾਲੀ 2 ਕਿਲੋ ਠੀਕ ਹੈ ਮੈਨੂੰ ਤਾਂ ਐ ਲੱਗ ਰਿਹਾ ਵੀ ਇੰਨਾ ਭਾਰ ਤਾਂ ਇੱਥੇ ਕਰਤਾ ਬੰਦਾ ਕਿਵੇਂ ਅਜੇ ਤਾਂ ਪਰ ਸਵਿਮ ਤਾਂ ਕਰਨਾ ਵੀ ਨਹੀਂ ਯਾਰ ਆਪਾਂ ਕਿਹੜਾ ਸਵਿਮ ਕਰਨਾ ਅੱਛਾ ਇਹ ਕਰ ਲੋ ਇਹ ਸਾਡੀਆਂ ਜੀ ਮਤਲਬ ਸਿਲੰਡਰ ਆ ਗਏ ਸਾਡੇ ਸਮੁੰਦਰ ਦੇ ਥੱਲੇ ਜਾਣ ਦੇ ਲਈ ਤੇ ਆਕਸੀਜਨ ਇਹ ਤੋਂ ਸਾਨੂੰ ਮਿਲੂਗੀ ਇਹਨਾਂ ਸਿਲੰਡਰਾਂ ਤੋਂ ਤੇ ਫੌਜਾਂ ਤਿਆਰ ਪਰ ਤਿਆਰ ਨੇ ਹੁਣ ਤੇ ਟ੍ਰੇਨਿੰਗ ਲਈ ਤਿਆਰ ਆ ਪਹਿਲਾਂ ਸਮੁੰਦਰ 'ਚ ਤਾਂ ਬਾਅਦ 'ਚੋਂ ਜਾਣਾ ਆਪਾਂ ਅੱਛਾ ਜਿਹੜਾ ਇਹਦਾ ਆਹ ਹੁੰਦਾ ਨਾ ਪਹਿਲਾਂ ਫਿਲਮਾਂ 'ਚ ਜਾਂ ਕਿਤੇ ਮੂਵੀਜ਼ ਵਗੈਰਾ 'ਚ ਹੈ ਨਾ ਜਾਂ ਡਾਕੂਮੈਂਟਰੀਜ਼ 'ਚ ਲੱਗਦਾ ਦੇਖਦੇ ਹੁੰਦੇ ਸੀ ਜਿਹੜੀ ਆਹ ਚੀਜ਼ ਸੀ ਮੂੰਹ 'ਤੇ
ਤੇ ਹੁਣ ਤਾਂ ਅੱਜ ਓਰੀਜਨਲ ਚ ਕਰਨ ਜਾ ਰਿਹਾ ਇੱਕ ਨਾ ਸੱਚੀ ਵੱਖਰੇ ਟਾਈਪ ਦਾ ਐਕਸਪੀਰੀਅੰਸ ਹੋਣ ਜਾ ਰਿਹਾ ਹੈਗਾ ਇਹ ਆ ਛਿੱਕ ਜੀ ਪਤਾ ਨਹੀਂ ਕਾਹਤੋਂ ਮਾਰ ਦਿੰਦਾ ਜੀ ਇਹ ਕਿਉਂ ਕਰਤਾ ਹੈ ਜੋ ਮਾਰਤਾ ਹੈ ਛਿੱਕ ਜੈਸੇ ਐਸੇ ਨਹੀਂ ਕਰਤਾ ਛੀਕ ਛੀਕ ਕਰਤਾ ਹੈ ਜੋ ਐਸੇ ਕਿਉਂ ਕਰਤਾ ਹੈ ਜੀ ਇਹ ਅਭੀ ਹਮਾਰਾ ਕਿਤਨਾ ਵੇਟ ਹੋ ਗਿਆ ਹੋਗਾ ਡੁੱਗੂ ਅਭੀ ਆਪਨੇ ਪਹਿਨਾ 6 ਕੇਜੀ ਵੇਟ ਬੈਲਟ ਹਾਂ ਉੱਪਰ ਸੇ ਆਪਕਾ ਐਕਸਪੀਰੀਅੰਸ ਹੋਗਾ ਅਰਾਊਂਡ 26 किलो छब्बी किलो न्याणिया जिन्ना भारत ओही चक लिया इस तो जगह से एक न्याणा ले जांदे नाल बेल्टां बुल्टां रख के थैंक यू मैम ये साडे मैडम बहुत पढ़े लिखे ने एक्सपीरियंस है इन्हां नूं पूरा सर्टिफिकेट किए हुए हैं इन्हां दे कितने सर्टिफिकेट आपके पास ड्राइविंग के मैडम 5 साल से ड्राइविंग में टोटल 6 सर्टिफिकेट होंदे आ ਤੇ ਜਿਉਂ ਜਿਉਂ ਤੁਸੀਂ ਮਤਲਬ 6th ਟਾਈਮ ਲੈਵਲ ਹੁੰਦਾ ਸਭ ਤੋਂ ਜਿਹੜੀ ਵੱਧ ਹੁੰਦੀ ਆ ਉਹ ਹੁੰਦੀ ਆ ਐਡਵਾਂਸ ਲੈਵਲ ਤੇ ਜਿਹ ਚ ਤੁਸੀਂ ਖੁੱਲੇ ਪਾਣੀ 'ਚ ਬਹੁਤ ਡੀਪ ਜਾ ਸਕਦੇ ਹੋ ਤੇ ਜਿਵੇਂ ਅਸੀਂ ਤਾਂ ਬਿਗਨਰ ਆ ਸਾਡੇ ਕੋਲ ਤਾਂ ਕੋਈ ਸਰਟੀਫਿਕੇਟ ਵੀ ਨਹੀਂ ਜੇ ਕੋਈ ਸਵਿਮਿੰਗ ਨਹੀਂ ਵੀ ਜਾਣਦਾ ਤਾਂ ਵੀ ਇਹ ਕਰ ਸਕਦਾ ਅਸੀਂ ਵੀ ਥੋੜੀ ਬਹੁਤੀ ਜਾਣਦੇ ਆ ਸੂਏ ਸਾਏ ਵਾਲੀ ਆ ਮਾੜੇ ਮੋਟੇ ਕੱਲੇ ਨਾ ਚੱਲ ਜਿਓ ਕਿਤੇ ਫੜੇ ਵੀ ਨਹੀਂ ਜਾਣੇ ਸਮੁੰਦਰ 'ਚ किश्तियां थलों दी लंघांगे किश्तियां साडे उपर रह जाणगियां मैं पहली बार समुंदर च जा रहा यार सच्ची तुहानूं दस्सां डर लग रहा मैनूं थोड़ा थोड़ा ते इन्नी दूर पहली बार जा रहे हैं बीच तो मैं काफी दूर आ गया और हैगी बीच ये दोबारा करना ये क्या किया था आपने ये हवा कैसे निकलता है क्या होता है ये आपको मुंह में पानी जाएगा अच्छा मुंह में पानी जाएगा कैसे निकालना करके अच्छा उसके लिए है ठीक है इसको दबाएगा ठीक है थैंक यू अभी हम लोग क्लास शुरू करते हैं पानी में हम लोग बात नहीं कर पाएगा हम लोग हैंड सिग्नल्स यूज करते हैं ये ओके ठीक है आपको कभी गाइड पूछते हैं आप ओके ओके हमको जवाब देना है हम ओके ठीक है ये और आपको कुछ प्रॉब्लम है ऐसे अगर फोटो भी खिंचाना तो ऐसे नहीं खिंचाना ऐसे करना है के ओके है बस अभी ये प्रॉब्लम और कहाँ पे प्रॉब्लम करके पॉइंट कर दीजिए मेरे को कान में उठने में सांस लेने में ये तीन ही प्रॉब्लम आ सकते हैं अब बराबर पॉइंट करके ऐसे दिखाएगा तो हम लोग को मदद करने में इजी है नहीं तो समझ में नहीं आएगा ऐसे दिखाते रहेगा क्या प्रॉब्लम है समझ में नहीं आएगा ठीक है अरे ये ऊपर आने का आपका ज्यादा प्रॉब्लम हो रहा है आप ऊपर आ सकते हैं यही है और कंफ्यूज नहीं होना है क्योंकि हम लोग का आदत है ओके ऐसे दिखाने का पानी के अंदर जाके ऐसे ऐसे ओके दिखाएगा तो सीधा ऊपर लेके आएगा इसलिए वो कंफ्यूज नहीं होना है अच्छा ऐसे मतलब ऐसे ऐसे नहीं करना है इससे ऊपर आ जाएंगे फोटो भी ऐसे नहीं खिंचाना कहीं ऐसे कर दें हम फिर आपको लगेगा कि ऊपर ऐसे कर सकते हैं अच्छा नीचे जाने का अच्छा चार सिग्नल्स याद रखना है और पानी में ऐसे दिखाया तो ऑसम है ऑसम बढ़िया लग रहा है अच्छा और फोटो खींचते टाइम आप अगर डांस करने से भी हम लोग को कोई प्रॉब्लम नहीं है आप कुछ भी पोस्ट कर सकते हैं खुशी में ये सब निकालना है बस वही है ठीक है मुंह से निकालना छीनना वो सब नहीं करना है आप डांस करने से भी हम लोग को कोई प्रॉब्लम नहीं है ठीक है ठीक है वेरी गुड अभी मेरे को आप ओके दिखा सकता है कैसे करके ओके दिखा खुशी ओके ऐसे करना है ओके ओके प्रॉब्लम ऐसे हो गया अप ऐसे हो गया डाउन ऐसे हो गया सुपर वेरी गुड स्टूडेंट छेती सीख गया था लो जी स्कूबा मास्क है आप okay. पहनेगा ये पहने के बाद क्या होगा आपका नाक पूरा बंद हो जाएगा अच्छा नाक से आप सांस नहीं ले पाएगा खाली मुंह से सांस लेना और मुंह से छोड़ना ठीक है जी मुझे तो आदत ही नहीं है मुंह से ले भाई वैसे तो मोस्टली सारे नु हिंदी थोनू आंदी होनी ते नहीं मैं तुहानू समझा दा के जदों आ असीं मास्क पा लिया ना साडा नक बिल्कुल बंद हो जूगा ते सिर्फ मुंह राही सांह लै सकदे आ ते नक कम करन हट जूगा जिन्ना भी सांह दा लैण देण करना है वो सारा मुंह राही करना है मुंह राही लैणा मुंह राही चढ़ना खुशी किवें लग रही है तू बुल किवें लग रही है खुशी तेरी तू कई जी लग रही है मैनूं तां तू बहुत भैड़ी लग रही मैनूं तां इन्नी लगदा तू मेरी घर वाली है खुशी नक से आ रहा है सांह फिर भी नहीं आ रहा मुंह से मुंह तो लै जिवें कहंदे आ हम लोग स्ट्रॉ यूज करके जूस कैसे पीते हैं इसे दिक्कत रहेगा
खुशी पता की गल है, मैनू पता इतने भार आ रहा तो बारह भी देखने होर ही लग रहा फेस थोड़ा, आ रेगुलेटर नहीं है सीगा, ए थोड़े मुंह च पऊगा, ए सह मुंह नाल लेना आप रेगुलेटर राही, और नक तां करे प्रॉपरली बंद हो गया, खुशी दा रबड़ दा नक है हुण। अच्छा मेरे को भी पहनना है भी, वैसे तो सारा कुछ वधिया है, पर जे तुसी पग नाल ये आके करोगे ना थोड़ा ए च प्रॉब्लम हुंदी है, ते आए भी पानी विच ना चल जाए, ते बाकी देखदे आ किवें दा एक्सपीरियंस रहिंदा है, थोड़े जिहा हजे तो सानू मुढ़ला ट्रेनिंग सैशन होया, इस तों बाद जिहड़ा थले जावांगे समुंदर दे थोड़ा जिहा, ते थले जाके सानू दसणगे भी किवें तुसी, क्योंकि इहदे च पानी भर जांदा गा भी पानी बाहर किवें कढ़ना है, इहदे च पानी भरूगा, हां अगला सैशन साडा इस तों बाद शुरू होऊगा, हुण तुसी कमेंट करके दसो असीं दोनों किवें लग रहे हां, हाउ वी लुक लाइक। लो भी नैक्सट लैवल शुरू हो गया हुण, ते पहला तो बेसिक सी, उस च सानू साइंज दसे सी भी थले आपां किवें करना है, ते इहदे च हुण आपां नूं सांह लैणा सिखाउणगे कि थले जाके आपां समुंदर दे सांह किवें लवांगे, ते ए हुण मैम ने भी पहन लिया, हुण खुशी नूं थले लैके जा रहे है, मैं उपर खड़ा रहूंगा जे, मैं बाद चो थले जाऊंगा, आपको यहां पे ग्रिप जैसे दिखेगा, क्या करेगा आपका दांत से इसको अच्छे से बाइट करके रखिएगा, पर ये पूरा पोर्शन मुंह के अंदर जाएगा, हम दिखाएंगे एक बार, देखिए जी। अच्छा इसको बाइट करके रखना है, औखा कम यार थोड़ा जा। चलो दबो इन खुशी दंद नाल, दबा जोर नाल, ठीक है लिप्स को आगे कर दीजिए, ई उ उन दब के रखो, इजी लग रहा है खुशी, खुशी इजी लग रहा है। एक चीज याद रखना है, आप दांत को बाइट करते हैं ना ज्यादा जोर से मत दबाइए, इससे दबाएगा तो जॉस दर्द देगा, ठीक है हल्का सा दबा लीजिए, ये हौली जी दब के रखना है, तुसी जेडे दंदा नाल दब के रखना है, किते दंदी ना वड़ लो उन्हां दा तोड़ दो समुंदर च थल्ले जाके, ते मुड़ के असाउन हट जो है, बट एदे नाल बहुत रिलैक्स मिलदा, एना रिलैक्स है ओके, और आपका लिप्स हमेशा बोल ले खुशी, ये आले दुआले रखने हैं, आप ऐसे आगे पीछे करते रहेगा तो गैप बनेगा तो पानी अंदर जाएगा, ठीक है, इसलिए ये मैम हमारे सिलेंडर में ऑक्सीजन कितना होता है, ये सिलेंडर जो है ऑक्सीजन नहीं है, नॉर्मल एयर है, अच्छा प्योर ऑक्सीजन हम लोग यूज नहीं करते, ओके नॉर्मल एयर रहती है, कितने कितने केजी है, 78% नाइट्रोजन रहेगा, 21% ऑक्सीजन रहेगा, ओके 1% आपको अदर गैसेस सब मिलेगा, okay. जो भी आसमान से हवा को हम लोग इसको फिल्टर करके उसमें इसमें भरते हो, तो कितना टाइम कम काम करती है, ये टाइमिंग एक एक जन का ऊपर है और डेप्थ का ऊपर है, हम लोग जितना ज्यादा डेप्थ जाता है, जितना ज्यादा नीचे जाएंगे उतना ज्यादा होगा चाहिए, और एक 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 जन का ऊपर भी है, किसका जैसे नॉर्मली लेडीज को थोड़ा कम चाहिए, जेंट्स को थोड़ा ज्यादा, ह्यूमन एक कहते बॉडी पे डिपेंड करता है, बाकी जिन्ना आप थले जावे समुद्र के उन्ना ज्यादा ऑक्सीजन वो यूज हो, जितना नीचे जाएंगे ऑक्सीजन ज्यादा यूज होगा प्रेशर की वजह से, राइट यस, मतलब एक घंटा भी रुक सकता है, कोई समझ गया मैं, पर कोई कोई आधा घंटा भी रुक सकते है, 10 मिनट में भी आप खत्म कर सकते, ठीक है अभी ओवर ब्रीथिंग करेगा ये सब करेगा तो जल्दी खत्म, मतलब ये कहते हफड़ना नहीं है, कहते हफड़ जो फिर ज्यादा ऑक्सीजन तुसी खराब करोगे, पानी में आप एक्सेल आउट करेगा तो बबल्स निकलेगा, और नॉर्मल पानी से बबल्स आना चाहिए, अभी इनके इन्होंने नीचे जाके करना है, ये अब धीरे धीरे थलों पानी इतना साफ है समुद्र का, तुसी देखो थले बंदा साफ खड़ा दिखता है, ऐसे होता है कि निकलने जैसा हो जाता है, हाँ, शुरुआत में ऐसे लगता है, नहीं निकलेगा डामा डोल सा, बात रही हिंदी, चलो एक्सपीरियंस कर रहे हैं पानी च डुब के, मतलब पानी च डुबो रहे है, तो एक्सपीरियंस हो रहा है भी बंदा ਕਿਵੇਂ ਕਿੰਨਾ ਕੁ ਟਾਈਮ ਇੱਥੇ ਥੱਲੇ ਸਰਵਾਈਵ ਕਰ ਸਕਦੇ ਜਾਂ ਨਹੀਂ, ਫਿਰ ਉਹ ਹਿਸਾਬ ਨਾਲ ਇਹ ਡੀਪ ਲੈ ਕੇ ਜਾਣਗੇ ਹੋਰ ਥੋੜ੍ਹਾ ਥੋੜ੍ਹਾ, ਅਤੇ ਜੇ ਤਾਂ ਬੰਦੇ ਨੂੰ ਕਈ ਵਾਰੀ ਨਾ ਬੰਦਾ ਘਬਰਾਉਣ ਲੱਗ ਜਾਂਦਾ, ਡਰਨ ਲੱਗ ਜਾਂਦਾ, ਹਜੇ ਤਾਂ ਇਹ ਕੁਛ ਵੀ ਨਹੀਂ, ਮਸਾਂ 5 ਫੁੱਟ 'ਤੇ ਵੀ ਨਹੀਂ ਹੋਵਾਂਗੇ ਅਸੀਂ, 4 ਫੁੱਟ 'ਤੇ ਹਾਂ, ਅਤੇ ਉਦੋਂ ਬਾਅਦ 'ਚ ਸਾਨੂੰ ਉਹ ਕਿਸ਼ਤੀ ਦੇ ਪਾਰ ਲੈ ਕੇ ਜਾਣਗੇ, ਉੱਥੇ 7-8 ਫੁੱਟ ਕਹਿੰਦੇ ਆ, ਉਦੋਂ ਬਾਅਦ 'ਚ ਬੋਟ 'ਤੇ ਲੈ ਕੇ ਜਾਣਗੇ, ਬੋਟ 'ਤੇ ਉਹ ਤੱਕ ਫਿਰ ਡੂੰਘੇ ਸਮੁੰਦਰ 'ਚ ਜਾਵਾਂਗੇ, ਕੰਫਰਟੇਬਲ ਹੈ ਨਾ ਖੁਸ਼ੀ, ਕੰਫਰਟੇਬਲ ਹੈ, ओके यहाँ पे एक दूसरे से मिलाने तो कुछ चीज को देके आप हाँ करेगा तो पानी भी हाँ अंदर जाएगा, हाँ। वहाँ पे जाके स्माइल नहीं करना है, वो सब आपका खुशी उधर शेयर नहीं करना है, ठीक है, तो हमेशा लिप मूवमेंट इसी
ਇਹ ਕਹਿੰਦੇ ਮਤਲਬ ਜੇ ਗਲਤੀ ਨਾਲ ਪਾਣੀ ਵੈਸੇ ਤਾਂ ਜੇ ਤੁਸੀਂ ਗਲਤੀ ਨਹੀਂ ਕਰੋਗੇ ਤਾਂ ਪਾਣੀ ਅੰਦਰ ਜਾਂਦਾ ਨਹੀਂ ਉਹਨੂੰ ਦੱਬ ਕੇ ਰੱਖੋਗੇ ਆਪਣੇ ਦੰਦਾਂ ਨਾਲ ਜੇ ਗਲਤੀ ਕਰ ਵੀ ਦਿੱਤੀ ਪਾਣੀ ਉਹਦੇ ਵਿੱਚ ਚਲਿਆ ਗਿਆ ਮਤਲਬ ਪਾਣੀ ਉਹ ਫਿਰ ਬਾਹਰ ਕੱਢਣਾ ਕਿਵੇਂ ਉਹ ਸਿਖਾਉਂਦੇ ਆ ਹੁਣ ਤੇ ਵੀ ਉਹ ਪਾਣੀ ਤੁਸੀਂ ਬਾਹਰ ਕਿਵੇਂ ਕੱਢ ਸਕਦੇ ਹੋ ਸਾਰੇ ਦਾ ਸਾਰਾ ਪਾਣੀ ਬਾਹਰ ਆਪਣੇ ਬਾਹਰ ਪ੍ਰੈਸ਼ਰ ਹੈ ਤੇ ਪਾਣੀ ਬਾਹਰ ਮਾਰੂਗਾ ਸਾਰਾ ਇਹ ਕਹਿੰਦੇ ਜੇ ਲੂਣ ਵਾਲਾ ਪਾਣੀ ਪੀਣਾ ਤੁਹਾਨੂੰ ਸਵਾਦ ਲੱਗਦਾ ਤਾਂ ਇਹਨੂੰ ਤੁਸੀਂ ਕੱਢ ਦਿਓ ਕੱਢ ਕੇ ਪਾਣੀ ਵੀ ਪੀ ਸਕਦੇ ਹੋ ਵਿੱਚ ਸੁਸੂ ਨਹੀਂ ਕਰਨਾ ਇਹ ਇੰਸਟਰਕਸ਼ਨ ਦਿੱਤੀਆਂ ਬਹੁਤੇ ਬੰਦੇ ਪਾਣੀ ਜਾ ਕੇ ਸੁਸੂ ਕਰ ਦਿੰਦੇ ਆ ਨਹੀਂ ਕਰਨਾ ਨਹੀਂ ਕਰਨਾ ਚਲੋ ਚੱਲ ਖੁਸ਼ੀ ਐਂਡ ਲੈਟਸ ਗੋ ਟੂ ਡਾਊਨ ਖੁਸ਼ੀ ਤਾਂ ਚੱਲ ਗਈ ਥੱਲੇ ਮੂੰਹ ਕਿਉਂ ਗਲਤੀ ਕਿਉਂ ਕਰਦੀ ਆ ਖੁਸ਼ੀ ਤੁਸੀਂ ਵਧੀਆ ਕਰ ਰਹੇ ਹੋ ਨਿਪਨ You did good. ਤੁਸੀਂ ਤਾਂ ਬਹੁਤ ਵਧੀਆ ਕਰ ਲਿਆ। Enjoy ਕਰੋ ਯਾਰ ਤੁਸੀਂ। ਬਹੁਤ ਬੜਿਆ ਬਹੁਤ ਬੜਿਆ। ਕੰਨਾਂ 'ਚ ਪਾਣੀ ਜਾਂਦਾ ਯਾਰ। Enjoy ਕਰੋ ਨਾ ਤੁਸੀਂ ਇਹਨੂੰ ਤੁਸੀਂ ਪਤਾ ਕੀ ਆ ਤੁਸੀਂ ਐਂ ਸੋਚੋ ਵੀ ਮੈਂ ਮੱਛੀ ਆ। ਮੱਛੀ ਬਣ ਕੇ ਵੀ ਮੈਂ ਸਮੁੰਦਰ 'ਚ ਤੈਰਨਾ ਬਸ ਉਹਨੂੰ ਐਂ ਦੇਖੋ ਐਂ ਨਾ ਦੇਖੋ ਮੈਂ ਹਿਊਮਨ ਬਾਡੀ ਆ ਮੈਨੂੰ ਕੁਛ ਹੋ ਜੂਗਾ ਜੇ ਤੁਸੀਂ ਐਂ ਸੋਚਣ ਲੱਗ ਗਏ ਫਿਰ ਨਹੀਂ ਕਰ ਸਕਦੇ ਤੁਸੀਂ ਐਂ ਸੋਚਣਾ ਬਸ ਵੀ ਮੈਂ ਖੁੱਲ੍ਹੇ ਸਮੁੰਦਰ 'ਚ ਅੱਜ ਮੱਛੀ ਆ ਮੇਰੇ ਕੋਲ ਅੱਜ ਦਾ ਦਿਨ ਹੈ ਮੈਂ ਸਮੁੰਦਰ ਦੇ ਥੱਲੇ ਤੱਕ ਜਾ ਕੇ ਦੇਖਣਾ ਬਸ ਖੁਸ਼ੀ ਦਾ ਗੇਨ ਟੈਸਟ ਹੋ ਰਿਹਾ ਇਹਦਾ ਪਤਾ ਕੀ ਪ੍ਰੋਬਲਮ ਹੈ ਬਾਹਰ ਆ ਜਾਂਦੀ ਹੈ ਜਲਦੀ ਅਤੇ ਮੰਨ ਲਓ ਜੇ ਤੁਹਾਡੇ 'ਚੋਂ ਵੀ ਕੋਈ ਜਾਊਗਾ ਨਾ ਘਬਰਾਉਣਾ ਨਹੀਂ ਹੈਗਾ ਬਿਲਕੁਲ ਵੀ ਜਦੋਂ ਬੰਦਾ ਘਬਰਾਉਂਦਾ ਹੈਗਾ ਘਬਰਾ ਕੇ ਬਾਹਰ ਆ ਜਾਂਦਾ ਹੈਗਾ ਅਤੇ ਇੱਦਾਂ ਹੀ ਰਹਿਣਾ ਹੈਗਾ ਅਤੇ ਸਮੁੰਦਰ 'ਚ ਅਤੇ ਫਿਰ ਬੰਦਾ ਮਤਲਬ ਕੰਫਰਟ ਜਿੰਨਾ ਯਾਰ ਤੁਸੀਂ ਕੰਫਰਟ ਰਹੋਗੇ ਨਾ ਮਤਲਬ ਰਿਲੈਕਸ ਰਹੋਗੇ ਜਿੰਨਾ ਤੁਸੀਂ ਆਪਣੀ ਬਾਡੀ ਨੂੰ ਰਿਲੈਕਸ ਛੱਡੋਗੇ ਅਤੇ ਉੱਨਾ ਹੀ ਤੁਸੀਂ ਇਹਨੂੰ ਵਧੀਆ ਕਰ ਪਾਓਗੇ ਜੇ ਤੁਸੀਂ ਰਿਲੈਕਸ ਨਹੀਂ ਛੱਡੋਗੇ ਅਤੇ ਤੁਸੀਂ ਘਬਰਾਓਗੇ ਫਿਰ ਹੜਬੜਾਹਟ 'ਚ ਤੁਸੀਂ ਮਾੜਾ ਮੋਟਾ ਉਹ ਕਰੋਗੇ ਫਿਰ ਮਤਲਬ ਬਾਹਰ ਆ ਜਾਓਗੇ ਛੇਤੀ ਠੀਕ ਹੈ ਠੀਕ ਹੈ ਖੁਸ਼ੀ ਡਨ ਓਕੇ ਮਾਸਕ ਚ ਜਿਹੜਾ ਅੱਖਾਂ ਦੇ ਅੱਗੇ ਵੀ ਪਾਣੀ ਆ ਜਾਂਦਾ ਹੈਗਾ ਵੀ ਇਹਨੂੰ ਪਾਣੀ ਨੂੰ ਕਿਵੇਂ ਕੱਢਣਾ ਯੈਸ ਆਲਰਾਈਟ ਪਾਣੀ ਕਿਉਂ ਜਾਤਾ ਹੈ ਇਹੀ ਹੈ ਮੇਨ ਰੀਜ਼ਨ ਇਹੀ ਕਰੇਗਾ ਤਾਂ ਯਸ ਹੈ ਗੈਪ ਬਣ ਕੇ ਪਾਣੀ ਇਧਰ ਵੀ ਜਾਏਗਾ ਇਧਰ ਵੀ ਜਾਏਗਾ ਔਰ ਜੈਂਟਸ ਕਾ ਤੋ ਜ਼ਿਆਦਾ ਚਾਂਸਸ ਹੈ ਕਿਉਂਕਿ ਮੇਰੇ ਜੈਸੇ ਮੇਰੇ ਪਗੜੀ ਵੀ ਹੈ ਦਾੜੀ ਹੈ ਮੇਰੇ ਜ਼ਿਆਦਾ ਜਾਏਗਾ ਪਾਣੀ ਪਾਣੀ ਨਮਕ ਪਾਣੀ ਅੰਦਰ ਚਲਾ ਜਾਏਗਾ ਇਹ ਕਹਿੰਦੇ ਮਤਲਬ ਇਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਜੇ ਤੁਹਾਡੇ ਇਹ ਪਾਣੀ ਮਤਲਬ ਫੁੱਲ ਵੀ ਹੋ ਜਾਏ ਮਾਸਕ ਜੇ ਆਂਖ ਹੋ ਕੇ ਆ ਗਏ ਪਾਣੀ ਹੈ ਜੇ ਤੋ ਵੀ ਘਬਰਾਉਣਾ ਨਹੀਂ ਹੈਗਾ ਵੀ ਤੁਹਾਨੂੰ ਐਂ ਹੋਵੇ ਕਿਤੇ ਵੀ ਪਾਣੀ ਆ ਗਿਆ ਮੇਰੇ ਅੱਗੇ ਤਾਂ ਵੀ ਤੁਹਾਡੇ ਚਾਰੇ ਪਾਸੇ ਪਾਣੀ ਹੋਊਗਾ ਤੁਸੀਂ ਜਿਹੜਾ ਸਾਹ ਲੈਣ 'ਤੇ ਮੇਨ ਫੋਕਸ ਕਰਨਾ ਜਿਹੜਾ ਸਾਹ ਲੈਣਾ ਹੈਗਾ ਖੁਸ਼ੀ ਮੈਂ ਤੁਹਾਨੂੰ ਦੱਸ ਰਿਹਾ ਵਿਊਵਰਸ ਦਾ ਜਸਟ ਦੇਖ ਰਹੇ ਹੈ ਦੱਸ ਮੈਂ ਤੁਹਾਨੂੰ ਰਿਹਾ ਜਿਹੜਾ ਸਾਹ ਲੈਣਾ ਉਹਦੇ ਸਾਹ 'ਚ ਕੋਈ ਗਲਤੀ ਨਹੀਂ ਕਰਨੀ ਸਾਹ ਲੈਣ 'ਚ ਕਿਤੇ ਮਾਸਕ ਨੂੰ ਲਾ ਦਿਉ ਵੀ ਮੈਂ ਨੱਕ ਰਾਹੀਂ ਸਾਹ ਲੈਂਦੀ ਹਾਂ ਠੀਕ ਹੈ ਉਹਦਾ ਧਿਆਨ ਰੱਖਿਓ ਆਲ ਦੀ ਬੈਸਟ ਚਲੋ ਕਰੋ ਟ੍ਰੇਨਿੰਗ
आंखी में पानी जाएगा तो उसको हम लोग सॉल्व कर सकते हैं। कैसे सॉल्व करेगा, आपका दो फिंगर से हल्का से इसको टच कर दीजिए, इसको टेलना टाना उठाना कुछ नहीं करना है, हल्का से इसको टच किया और ऊपर देख लीजिए और मुंह से सांस लीजिए और नाक से छोड़ दीजिए इसे। अच्छा, जोर से नाक से छोड़ना है उस टाइम के साथ ही। हाँ, सा खुशी नहीं, खुशी लेना सा मुंह नाला, छड़ना नक नाला उस टाइम, बस फिर पानी बाहर मारूगा। समुंदर दे थले जाने ना प्रेशर वधदा है बॉडी ते, कन्ना च पानी जान लग जांदा, कन्न भारे भारे लगते, सारा कुछ यार फेस करनियां प्रॉब्लम्स औखियां, पर नाल नाल ये भी है जिन्ना मतलब औखा थोड़ा कम है ते दूसरा एक्सपीरियंस भी है, तुसी एक वक्री दुनिया देखण जा रहे हो ना, ते थोड़ा बहुत फिर देखना पैंदा। हुण खुशी तो ट्रेंड हो गई, मैं भी पानी कढ़ना सीखना भी पानी कढ़ना किवें आ। सीख गई? अगर मैं उठाऊंगा तो ज्यादा पानी भरेगा। ओके ओके, अभी लास्ट स्किल है। यस, लास्ट वाला सबसे इम्पोर्टेंट स्किल है, कान का भरने में। जैसे हम लोग पानी में जाएगा, नीचे जाएंगे, आपको एक मीटर से पानी में प्रेशर फील होगा। जैसे हम लोग फ्लाइट में आएगा, आपको कानों में तभी होता है, जहाज में भी होता है। तो वहाँ पर ऊपर जाएगा तो लो प्रेशर है, अंदर जाएगा तो नीचे जाएगा तो हाई प्रेशर है। अच्छा, एक मीटर से ही आपको कान में दर्द फील होगा। अच्छा, उसको हम लोग सॉल्व कर सकते हैं। कैसे सॉल्व करेगा, उसको बोलता है इक्वलाइजिंग। ओके, इसका सिंबल वही है। ओके, नाक को ऐसे अच्छे से दबा लेगा और मुंह से लंबी सांस लेगा और बंद नाक से छोड़ने कोशिश करेगा, आपको कान में फील होगा। इसे इधर लगेगा, नक दब लिया, नक दब के जो जो जोर नक राही सह कढ़ा गे तो कन्ना दे प्रेशर आऊ, मतलब ट्रेनिंग सैशन अपना अज का हो गया जी खत्म। हुण असीं उतार रहे हां ते जा रहे हैं इतों बहर समुंदर तो अपने तो, ते जड़ा सब तो फनी पार्ट रहे ना अज समुंदर च वो रहा आदि छिक्का मरवाने वाला, यह बड़ा घैंट लगता हवा कढ़ना है। तो हुण असीं चलते हैं अपनी बोट के कोल, क्योंकि इन्ना भार लेके बहर नहीं जा सकते, फिर तो फौजी वाला काम होजू साडे नाल, जिवें उह नहीं चक्कर नहीं कटते होंगे सज़ा जो सज़ा लाते होंगे ने उन्होंने। खुशी सही सी ना अज है, बहुत घैंट सीगा यार। साड़ी ट्रेनिंग आलमोस्ट कंप्लीट हो चुकी है, तो हूँ असी अज का ब्लॉग है जोड़ा आप जो डाइविंग वाला सैशन वो इतें ही समाप्त करा आप, क्योंकि साड़ी ट्रेनिंग सी वो इन्होंने करवा दी है। तो हूँ आप जो कल का ब्लॉग है, वैसे असी तो अज ही जा रहे हैं, तुहानू कल नू देखण नू मिलेगा जो असी डीप सी समुंदर दे विच जाना है, वो सारा पार्ट तुहानू कल नू दिखाना है। तो कल नू इस बोट दे विच जाना आप, जिहड़ी आ बोट तुहानू दिख रही है ना, ये बोट आपां लैके जाऊगी समुंदर दे ऐन विचकार, विचकारों फिर आप छाल मारांगे खुले समुंदर च, फिर उतों थले जावांगे, पता नहीं किन्ना हुण 30 फुट 40 फुट किन्ना लैके जाएंगे, आई डोंट नो। सो अज का ब्लॉग आप इत ही करते हैं समाप्त, तो कल मिलांगे आप नवे ब्लॉग च, इतों ही शुरू होगा, इंतजार करो तुसी अगले ब्लॉग। फाइनली फाइनली दूजा बंदा भी आ रहा है, देखो थलो दिखना शुरू हो गया, तो आओ आगे, वेलकम वेलकम ऑन अर्थ।